ਅੱਜ ਇੱਕ ਤਾਂ ਜਿਹੜਾ ਜ਼ਿਮੀਂਦਾਰਾਂ ਦਾ ਇਹ ਮੋਰਚਾ ਹੈ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ, ਕਿਉਂ ਕਰਕੇ ਇਹ ਪੋਲੀਟੀਕਲ ਤਾਂ ਹੈ ਨਹੀਂ ਗੇ, ਅਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਅਤੇ ਭਾਈਚਾਰੇ 'ਚੋਂ ਵਾਂਝੇ ਰਹਿ ਜਾਂਗੇ, ਅਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋਵੋ। ਅਤੇ ਕਈ ਸਵਾਲ ਉੱਠਦੇ ਹੈ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਈਆਂ ਜਿਵੇਂ MSP ਨੂੰ ਕਾਨੂੰਨੀ ਜਾਮਾ ਪਹਿਨਾਓ ਅਤੇ ਇਹਨਾਂ ਦੇ ਕਰਜ਼ੇ ਮਾਫ਼ ਕਰੋ, ਫਿਰ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰੋ, ਇਹ ਸਾਰੇ ਕਹਿੰਦੇ ਹੈ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਹੈ ਅਤੇ ਕਿਵੇਂ ਹੋਊਗਾ। ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ, ਉਹ ਤਾਂ ਫਿਰ ਸੁਰਜੀਤ ਕੀਤੀ ਜਾ ਸਕਦੀ ਹੈ ਪ੍ਰੈਜ਼ੀਡੈਂਟ ਦੇ ਔਰਡਰ ਦੇ ਨਾਲ। ਅਤੇ ਪਾਰਲੀਮੈਂਟ ਜਦੋਂ ਭੰਗ ਹੋ ਜਾਏ ਫਿਰ ਨਹੀਂ ਬੁਲਾ ਸਕਦੇ ਜਿੰਨਾ ਚਿਰ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ। ਸੋ ਉਹ ਪਾਰਲੀਮੈਂਟ ਹੈਗੀ ਹੈ ਅਤੇ ਉਸ ਨੂੰ ਆਪਾਂ ਬੁਲਾ ਸਕਦੇ ਹਾਂ, ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲੀਮੈਂਟ ਹੁਣ ਇਹ ਅਜਰਨ ਕੀਤੀ ਗਈ ਹੈ ਜਾਂ ਇਹਦਾ ਖਾਤਮਾ ਨਹੀਂ ਹੋਇਆ, ਭੰਗ ਨਹੀਂ ਹੋਈ ਹੈ। ਅਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਅਤੇ ਜ਼ਿਆਦਾ ਕਾਸ਼ਤ ਜਿਹੜੀ ਸੀਗੀ ਦੁਨੀਆ ਦੀ ਉਹ ਰੂਸ ਅਤੇ ਯੂਕਰੇਨ ਦਾ ਜਿਹੜਾ ਇਲਾਕਾ ਹੈ ਉਹਨੂੰ ਕਹਿੰਦੇ ਹੈ ਸਟੈਪਸ, ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ, ਦਾਲਾਂ ਦੀ, ਸਾਰਾ ਕੁਛ ਹੈ। ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ, ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ। ਫਿਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫਿਰ ਤਾਂ ਕਾਲ ਪੈ ਜੂਗਾ ਸਾਰੀ ਦੁਨੀਆ ਦੇ ਵਿੱਚ ਅਤੇ ਹਿੰਦੁਸਤਾਨ ਦੇ ਵਿੱਚ। ਅਤੇ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ BJP ਅਤੇ RSS ਵਾਲੇ? ਗੱਲ ਇਹ ਹੈ ਕਿ ਇਹ ਪਾਰਟੀ ਹੈਗੀ ਹੈ ਦੁਕਾਨਦਾਰਾਂ ਦੀ, ਜਮ੍ਹਾਂਖੋਰਾਂ ਦੀ ਅਤੇ ਬਲੈਕੀਆਂ ਦੀ। ਅਤੇ ਇਹਨਾਂ ਨੂੰ ਇਹ ਜ਼ਿਮੀਂਦਾਰੀ ਦੇ ਬਾਰੇ ਇਲਮ ਹੈ ਨਹੀਂ ਗਾ। ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉੱਗਦੀ ਹੈ, ਇਹਨਾਂ ਨੂੰ ਨਹੀਂ ਪਤਾ ਬੂਟੇ 'ਤੇ ਉੱਗਦੀ ਹੈ ਕਿ ਦਰਖਤ 'ਤੇ ਲੱਗਦੀ ਹੈ। ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇਹਨਾਂ ਦੇ ਨਾਲ ਮੀਟਿੰਗ ਕਰ ਰਹੇ ਆ। ਹੁਣ ਗੋਇਲ ਨੂੰ ਕੀ ਪਤਾ ਕਿੱਥੇ ਕਣਕ ਲੱਗਦੀ ਹੈ, ਹੈ ਨਾ? ਸੋ ਇਹ ਬਹੁਤ ਜ਼ਰੂਰੀ ਹੈ ਕਿ ਕੱਲ੍ਹ ਅਸੀਂ ਮਿਲ ਕੇ ਵੀ ਆਏ ਹਾਂ ਜਿਹੜੇ ਫੱਟੜ ਹੋਏ ਹੈ, ਅਤੇ ਇੱਕ PGI ਦੇ ਵਿੱਚ ਦਾਖਲ ਹੋਇਆ, ਅਤੇ ਉਹਨਾਂ ਦਾ ਸਰੀਰ ਭਰਿਆ ਪਿਆ ਸ਼ਰਲਿਆਂ ਦੇ ਨਾਲ, ਇਹ ਜਿਵੇਂ ਸਮਾਲ ਪੋਕਸ ਦੇ ਦਾਗ ਹੁੰਦੇ ਆ ਹੋਇਆ ਪਿਆ, ਅਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ, ਇੱਕ ਦੀ ਅੱਖ ਤੋਂ ਨਜ਼ਰ ਨਹੀਂ ਆ ਰਹੀ, ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਓ, ਅਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ, ਉਹਨੂੰ PGI ਭੇਜ ਦਿੱਤਾ ਗਿਆ। ਇਹ ਤਾਂ ਪੰਜਾਬ ਸਰਕਾਰ ਨੂੰ, ਹਰਿਆਣੇ ਦੇ ਜਿਹੜਾ ਹੋਮ ਮਿਨਿਸਟਰ ਹੈ ਵਿੱਜ, ਜਿਹੜਾ ਸਾਰਾ ਕੁਛ ਕਰਾ ਰਿਹਾ, ਅਤੇ ਸੈਂਟਰ ਦਾ, ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹਦੇ 'ਤੇ। ਅਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ
ਇਹਦਾ ਵੀ ਪਰਚਾ ਕਰਨ, ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਿੱਟ ਸਕਦਾ ਹੈਗਾ। ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ। ਪਰ ਜੇ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ ਇਹ ਰੌਲਾ ਪੈਣਾ ਨਹੀਂ ਸੀਗਾ, ਕਿਸਾਨਾਂ ਨੂੰ ਬਿਲਕੁਲ ਦਿੱਲੀ ਤੱਕ ਅਸੀਂ ਪਹੁੰਚਾ ਦੇਣਾ। ਨਹੀਂ, ਅਜੇ ਕੋਈ ਐਕਸ਼ਨ ਨਹੀਂ ਲਿਆ। ਅਤੇ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ 'ਤੇ ਜਾਓ ਅਤੇ ਆਪਣਾ ਮੋਰਚਾ ਪੂਰਾ ਕਰਕੇ ਆਓ। ਜੇ ਇੱਥੇ ਬੰਦ ਲੱਗੇ, ਬੰਦ ਨੂੰ ਵੀ ਤੋੜੋ, ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ। ਪਰ ਫਿਰ ਤਾਂ ਵੀ ਜੇ ਮਜਬੂਰ ਹੋ ਗਿਆ ਫਿਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦਿਓ। ਸਰ, ਤੁਸੀਂ MP ਹੋਣ ਦੇ ਨਾਤੇ ਕੋਈ ਆਪਣੇ ਲੇਵਲ ਤੇ ਹੱਦ ਤੱਕ ਕਿਸਾਨਾਂ ਸੰਬੰਧੀ ਕਿਸੇ ਵੀ ਆਗੂ ਨਾਲ ਗੱਲ ਕਰੀ ਹੋਵੇ ਸਰ? ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ। ਇਹ ਉਹ ਤਾਂ ਸਾਰੇ ਸ਼ੰਭੂ ਹੈਗੇ ਆ, ਲੀਡਰ ਤਾਂ ਸਾਰੇ ਉੱਥੇ ਹੈਗੇ ਆ। ਹਾਂ, ਕੱਲ੍ਹ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ। ਅੱਜ ਬਹੁਤ ਅੱਛਾ ਕੀਤਾ ਸਾਡੇ ਸੰਗਰੂਰ ਦੇ ਜਿਹੜੇ ਲੀਡਰ ਹੈਗੇ ਹੈ ਉਗਰਾਹਾਂ ਸਾਹਿਬ, ਉਹ ਵੀ ਬਾਹਰ ਨਿਕਲੇ ਆਏ ਹੈ, ਬਹੁਤ ਵਧੀਆ ਗੱਲ ਹੈ। ਬਾਕੀ ਦੇ ਵੀ ਜਿਹੜੇ ਲੀਡਰ ਅਜੇ ਨਹੀਂ ਸ਼ਾਮਿਲ ਹੋ ਰਹੇ ਉਹਨਾਂ ਨੂੰ ਸ਼ਾਮਿਲ ਹੋਣਾ ਚਾਹੀਦਾ। ਇਹ ਕਿਸੇ ਦਾ ਨਹੀਂ ਹੈ, ਇਹ ਸਾਰੇ ਕਿਸਾਨਾਂ ਅਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ। ਹਾਂ, ਮੈਨੂੰ ਪਤਾ, ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ, ਅਤੇ ਉਹ ਜਥੇਦਾਰ ਹੈਗਾ ਜਿਹੜੇ ਸਾਨੂੰ ਉੱਥੇ ਮਿਲੇ ਸੀ, ਜਿਹਨਾਂ ਨੇ ਅੱਗੇ ਦੱਸ ਦਿੱਤਾ ਜਿਹੜੇ ਇਹ ਜਿੱਥੇ ਉਹਨਾਂ ਦੀ ਬੋਡੀ ਪਈ ਸੀਗੀ ਇਹ ਉੱਥੇ ਮੈਨੂੰ ਮੋਚਰੀ 'ਚ ਇਹ ਪਟੇੜੀ ਜਥੇਦਾਰ ਨੇ ਜਾਣ ਨਹੀਂ ਦਿੱਤਾ ਹੈਗਾ। ਜੋਗਾ ਸਿੰਘ ਪਟੇੜੀ, ਅਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਅਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੀ ਸੀ ਅਤੇ ਇੱਕ ਚਾਦਰ ਪਾਉਣੀ ਸੀਗੀ ਉਹਨਾਂ ਦੇ ਉੱਤੇ, ਇਹ ਵੀ ਨਹੀਂ ਕਰਨ ਦਿੱਤਾ। ਇਹ ਤਾਂ ਮੈਨੂੰ ਨਹੀਂ ਸਮਝ ਆਈ ਇਹਨਾਂ ਦਾ, ਪਟੇੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਅਤੇ ਤੁਸੀਂ ਉੱਥੇ ਕੰਧ ਬਣ ਕੇ ਖੜ੍ਹ ਜਾਂਦੇ ਹੋ ਕਿ ਸਾਡਾ ਹੱਕ ਨਹੀਂ, ਅਸੀਂ ਜ਼ਿਮੀਂਦਾਰ ਨਹੀਂ ਹੈ ਕੀ? ਅਸੀਂ ਵੀ ਤਾਂ ਜ਼ਿਮੀਂਦਾਰ ਹੈ, ਖੇਤ ਮਜ਼ਦੂਰ ਹੈ, ਅਤੇ ਸਾਨੂੰ ਵੀ ਦਰਦ ਹੈ ਅਤੇ ਅਸੀਂ ਇਹ ਅਰਦਾਸ ਕਰਨੀ ਚਾਹੁੰਦੇ ਸੀਗੇ। ਅਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ, ਜਿਹੜੀ ਰਸਮ ਹੈਗੀ ਹੈ ਸਿੱਖਾਂ ਦੀ। ਪਰ ਉਹ ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਅੰਦਰ ਨਹੀਂ ਜਾ ਸਕੇ। ਅਸੀਂ ਫਿਰ ਰੌਲਾ ਨਹੀਂ ਪਾਇਆ, ਨਾ ਕੋਈ ਇਹ ਬਹਿਸ ਕੀਤੀ, ਅਸੀਂ ਚੁੱਪ ਕਰਕੇ ਵਾਪਸ ਆ ਗਏ। ਮਾਨ ਸਾਹਿਬ, ਪਿਛਲੀ ਵਾਰ ਅੰਦੋਲਨ ਦੇ ਦਿਨਾਂ ਵਿੱਚ ਦੀਪ ਸਿੱਧੂ ਨੌਜਵਾਨੀ ਨੂੰ ਲਾਮਬੰਦ ਕਰ ਰਹੀ ਸੀ, ਪਰ ਹੁਣ ਦੀਪ ਸਿੱਧੂ ਆਪਣੇ ਵਿੱਚ ਨਹੀਂ, ਉਹਨਾਂ ਦੀ ਕਿੰਨੀ ਕੁ ਘਾਟ ਮਹਿਸੂਸ ਹੋ ਰਹੀ ਹੈ ਤੁਹਾਨੂੰ? ਇਹ ਬਹੁਤ ਘਾਟ ਹੈ ਜੀ। ਹੁਣ ਦੀਪ ਸਿੱਧੂ ਅਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਝੰਡਾ ਚੜ੍ਹਾਤਾ ਸੀਗਾ ਲਾਲ ਕਿਲ੍ਹੇ ਦੇ ਉੱਤੇ, ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹ, ਅਤੇ ਯੁਗਰਾਜ ਸਿੰਘ ਪਿੰਡ ਪਿੰਡ ਵਾਂ ਦਾ ਸੀਗਾ, ਅਤੇ ਆਪਣੇ ਭਾਈ ਦੀਪ ਸਿੰਘ ਇਹ ਚੜ੍ਹ ਗਏ ਸੀਗੇ ਉੱਤੇ ਜੀ, ਬਹੁਤ ਸਿੱਖਾਂ ਦਾ। ਅਤੇ ਇਹ ਤਾਂ ਦੁਨੀਆ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈਗਾ।